जय सोमनाथ कार्यक्रम च साडे 1:30 जुड़ा करदे साडे 7:00 ਦੇ ਆਦਰਯੋਗ ਲਾਲਕ੍ਰਿਸ਼ਨ ਢਵਾਨੀ ਜੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾ ਜੀ ਸ਼੍ਰੀ ਪਦਨਾਇਕ ਜੀ ਅਜੇ ਭੜ ਜੀ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਜੀ ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਭਾਈ ਗੁਜਰਾਤ ਸਰਕਾਰ ਚ ਸੈਲਸਫਾ ਮੰਤਰੀ ਜਵਾਹਰ ਜੀ ਵਾਸਨ ਭਾਈ ਲੋਕ ਸਭਾ ਚ ਮੇਰੇ ਸਾਥੀ ਰਾਜੇਸ਼ ਭਾਈ ਸੋਮਨਾਥ ਮੰਦਰ ਟਰਸਟ ਦੇ ਟਰਸਟੀ ਸ਼੍ਰੀ ਪ੍ਰਵੀਨ ਲਾਹਰੀ ਜੀ ਸਭੇ ਸ਼ਰਧਾਲੂ ਦੇਵਿਓ ਤੇ ਸੱਜਣੋ ਮੈਂ ਇਸ ਪਵਿੱਤਰ ਮੌਕੇ ਪਰ ਵੀਡੀਓ ਕਾਨਫਰੰਸ ਤੇ ਰਾਹੇ ਜੁੜਾ ਕਰਨਾ ਪਰ ਮਨੈ ਕਨੈ ਮੈਂ ਆਪਣੇ ਆਪ ਹੈਗੀ ਭਗਵਾਨ ਸ਼੍ਰੀ ਸੋਮਨਾਥ ਦੇ ਚਰਨੇ ਚ ਗੇ ਅਨੁਭਵ ਕਰਾ ਕਰਨਾ ਮੇਰਾ ਸੋਭਾਗ્ય ਜੇ ਸੋਮਨਾਥ ਮੰਦਿਰ ਟਰਸਟ ਦੇ ਅਧਿਐਕਸ਼ ਦੇ ਰੂਪ ਵਿੱਚ ਮਿਗੀ ਇਸ ਪਵਿੱਤਰ ਸਥਾਨ ਦੀ ਸੇਵਾ ਦਾ ਮੌਕਾ ਮਿਲਦਾ ਰਿਹਾ ਹੈ ਅੱਜ ਇੱਕ ਬਾਰੀ ਵੀ ਅਸ ਸਭ ਇਸ ਪਵਿੱਤਰ ਤੀਰਥ ਦੇ ਕਾਇਆ ਕਲਪ ਦੇ ਗਵਾਹ ਬਣਿਆ ਕਰਦੇ ਹਾਂ ਅੱਜ ਮਿਗੀ ਸਮੁੰਦਰ ਦਰਸ਼ਨਪਥ ਸੋਮਨਾਥ ਪ੍ਰਦਰਸ਼ਨ ਗੈਲਰੀ ਤੇ ਜੀਰਨੋਧਰ ਦੇ ਬਾਅਦ ਨਮੇશ્વਰੂਪ ਚ ਜੂਨਾ ਸੋਮਨਾਥ ਮੰਦਰ ਤੇ ਲੋਕ ਆਰਪਣ ਦਾ ਸੌਭਾਗ્ય ਮਿਲਿਆ ਹੈ ਕੰਨੇਗ ਹੈ ਅੱਜ ਪਾਰਵਤੀ ਮਾਤਾ ਮੰਦਰ ਦਾ ਨੀਂ ਪੱਥਰ ਵੀ ਰੱਖਿਆ ਗਿਆ ਹੈ ਇਨਾ ਪਵਿੱਤਰ ਸੰਜੋਗ ਤੇ ਕੰਨੇ ਸੌਂ ਦਾ ਪਵਿੱਤਰ ਮੀਨਾ ਮੈਂ ਮੰਨਨਾ ਇਹ ਸਾਡੇ ਸਭ ਨੇ ਆਸਤੇ ਭਗਵਾਨ ਸੂਮਨਾ ਜੀ ਦੇ ਅਸ਼ੀਰਵਾਦ ਦੀ ਗੈ ਸਿੱਧੀ ਹੈ ਮੈਂ ਇਸ ਮੌਕੇ ਪਰ ਤੁਸੇ ਸਭ ਨੇ ਕੀ ਟਰਸਟ ਦੇ ਸਭ ਨੇ ਸਦਸਿਆਂ ਕੀ ਤੇ ਦੇਸ਼ ਵਿਦੇਸ਼ ਚ ਭਗਵਾਨ ਸੋਮਨਾਥ ਜੀ ਦੇ ਕਰੋੜਾਂ ਭਗਤਾਂ ਦੀ ਵਧਾਈ ਦਿਨਾ ਚੇਚੇ ਤੋਰਿਆ ਪਰ ਅੱਜ ਮੈਂ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਹੁੰਦੇ ਚਰਨੇ ਚ ਵੀ ਨਮਨ ਕਰਨਾ ਜਿਨੇ ਭਾਰਤ ਦੇ ਪ੍ਰਾਚੀਨ ਗੌਰਵ ਕੀ ਪੁਨਰ ਜੀਵਿਤ ਕਰਨੇ ਦੀ ਇੱਛਾ ਸ਼ਕਤੀ ਦਸੀ ਸਰਦਾਰ ਸਾਹਿਬ सोमनाथ ਮੰਦਿਰ ਕੀ ਆਜ਼ਾਦ ਪਰਦੀ ਆਜ਼ਾਦ ਪਾਵ ਨਕ ਨੇ ਜੁੜਾ ਦਾ ਮੰਦੇ ਹੀ ਇਹ ਸਾਡਾ ਸੁਭਾਗਿਆ ਜੇ ਅੱਜ ਆਜ਼ਾਦੀ ਦੇ 75ਵੇਂ ਬਰੇ ਚ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਚ ਆਸ ਸਰਦਾਰ ਸਾਹਿਬ ਦੇ ਯਤਨੇ ਕੀ ਅੱਗੇ ਵਧਾ ਕਰਨਿਆ सोमनाथ ਮੰਦਿਰ ਕੀ ਨਮੀ ਪਵਿੱਤਾ ਦਿਆ ਕਰਨੀਆਂ ਅੱਜ ਮੈਂ ਲੋਕਮਾਤਾ ਅਹिल्याबाई 홀ਕਰ ਕੀ ਵੀ ਨਮਨ ਕਰਨਾ ਜਿਨੇ ਵਿਸ਼ਵਨਾਥਾ ਮਾ ਲਈਏ ਸੋਮਨਾਥ ਤਕਰ ਕਿੰਨੇ ਕਾ ਮੰਦਰੇ ਦਾ ਜੀਵਨ ਉਧਾਰ ਕਰਵਾਇਆ ਪ੍ਰਾਚੀਨਤਾ ਤੇ ਆਧੁਨਿਕਤਾ ਦਾ ਜਿਹੜਾ ਸੰਗਮ ਉਹਦੇ ਜੀਵਨ ਚ ਹੈ ਅੱਜ ਮੁਲਖ ਉਸੀ ਆਪਣਾ ਆਦਰਸ਼ ਮੰਨੀਏ ਅੱਗੇ ਵਧਾ ਕਰਦਾ ਹੈ ਸਾਥੀਓ ਸਟੈਚੂ ਆਫ ਯੂਨਿਟੀ ਥਮਾ ਲਈ ਹੈ ਕਛ ਦੇ ਕਾਇਆ ਕਲਪਤਾ ਕਰ ਸੈਲਸਫਾ ਕਰਨੇ ਜਿਸਲੇ ਆਧੁਨਿਕਤਾ ਜੁੜਦੀ ਹੈ ਤਾਂ ਕਨੇ ਨਤੀਜੇ ਆਉਂਦੇ ਨਾ ਗੁਜਰਾਤ ਨੇ ਇਸੀ ਨੇੜੇ ਥਮ ਦਿਖਿਆ ਹੈ ਇਹ ਹਰ ਕਲਖੰਡ ਦੀ ਮੰਗ ਰਹੀ ਹੈ ਜੇ ਅਸਤਾਰਮਿਕ ਸਪਰਿਅਟਨ ਦੀ ਦਿਸ਼ਾ ਚ ਵੀ ਨਮਈਏ ਸੰਭਾਵ ਨੈਗੀ ਤਲਾਸ਼ ਚ ਮਕਾਮੀ ਅਰਥ ਵਿਵਸਥਾ ਕਰਨੇ ਤੀਰਥ ਯਾਤਰਾਇਂ ਦਾ ਜਿਹੜਾ ਰਿਸ਼ਤਾ ਰਿਹਾ ਹੈ ਉਸੀ ਔਰ ਮਜ਼ਬੂਤ ਕਰਚਾ ਹੈ ਜੀਆਂ ਜੇ ਸੋਮਨਾਥ ਮੰਦਿਰ ਚ ਅਜੇਤਕਰ ਪੂਰੇ ਦੇਸ਼ ਤੇ ਦੁਨੀਆ ਥਮਸ਼ਰਦਾਲੂ ਦਰਸ਼ਨ ਕਰਨ ਆਉਂਦੇ ਹੀ ਪਰ ਉਨ ਇਥੇ ਸਮੁੰਦਰ ਦਰਸ਼ਨਪਥ ਪ੍ਰਦਰਸ਼ਨੀ ਪਿਲਗ੍ਰਿਮ ਪਲਾਜ਼ਾ ਤੇ ਸ਼ਾਪਿੰਗ ਕੰਪਲੈਕਸ ਵੀ ਸੈਲਾਨੀਆਂ ਕੀ ਆਕਰਸ਼ਿਤ ਕਰਨਨ ਉਨ ਇਥੇ ਆਉਣੇ ਵਾਲੇ ਸ਼ਰਧਾਲੂ ਜੂਨਾ ਸੋਮਨਾਥ ਮੰਦਰਾ ਦੇਵੀ ਆਕਰਸ਼ਕ ਸਰੂਪ ਦਾ ਦਰਸ਼ਨ ਕਰਨਗਨ ਨਵੇਂ ਪਾਰਵਤੀ ਮੰਦਰ ਦਾ ਦਰਸ਼ਨ ਕਰਨਗਨ ਇਹਦੇ ਕੰਨੇ ਇੱਥੇ ਨਵੇਂ ਮੌਕੇ ਤੇ ਨਵੇਂ ਰੋਜ਼ਗਾਰ ਦਾ ਵੀ ਸਿਰਜਣ ਹੋਗ ਤੇ ਥਾਰਾ ਦੀ ਦਿਵਯਤਾ ਵੀ ਵਧੋਗ ਇਹ ਨਹੀਂ ਪ੍ਰੋਮਨੇਟ ਜਿਹਨੇ ਨਿਰਮਾਣ ਕਰਨਾ ਹੈ ਸਮੁੰਦਰ ਦੇ ਕੰਡੇ ਖੜੋਤੇ ਦੇ ਸਾੜੇ ਮੰਦਰਾਂ ਦੀ ਸੁਰੱਖਿਆ ਵੀ ਬਦੋਗ ਅੱਜ ਜਿੱਥੇ ਸੋਮਨਾਥ ਐਗਜ਼ੀਬਿਸ਼ਨ ਗੈਲਰੀ ਦੀ ਲੋਕ ਕੰਨੇ ਨਮਿਤ ਲਾਇਆ ਗਿਆ ਹੈ ਇਹਦੇ ਕੰਨੇ ਸਾਡੇ ਯੁਵਾਹਾਂ ਦੀ ਆਉਣੇ ਵਾਲੀ ਪੀੜ੍ਹੀ ਦੀ ਉਸ ਇਤਿਹਾਸ ਕੰਨੇ ਜੁੜਨੇ ਦਾ ਸਾਡੀ ਆਸਥਾ ਕੀ ਉਹਦੇ ਪ੍ਰਾਚੀਨ ਸਰੂਪ ਚ ਦੇਖਣੇ ਦਾ ਉਸੇ ਸਮਝਣੇ ਦਾ ਇੱਕ ਮੌਕਾ ਵੀ ਮਿਲੂਗਾ ਸਾਥੀਓ ਸੋਮਨਾਥ ਤੇ ਸਤਿ ਸ੍ਰੀ ਅਕਾਲ ਸਦਾ ਸ਼ਿਵ ਦੀ ਭੂਮੀ ਰਹੀ ਹੈ ਤੇ ਸਾਡੇ ਇਥੇ ਸ਼ਾਸਤਰਾਂ ਚ ਆਖਿਆ ਗਿਆ ਹੈ ਸ਼ੰਕਰੋਤੀ ਸਹ ਸ਼ੰਕਰਹ ਯਾਨੀ ਜਿਹੜੇ ਕਲਿਆਣ ਕੀ ਜਿਹੜੇ ਸਿੱਧੀ ਕੀ ਪ੍ਰਦਾਨ ਕਰਨ ਉਹ ਸ਼ਿਵ ਨ ਇਹ ਸ਼ਿਵ ਗਨ ਜਿਹੜੇ ਵਿਨਾਸ਼ ਚ ਵੀ ਵਿਕਾਸ ਦਾ ਬੀ ਪੈਦਾ ਕਰਦੇ ਨ ਸੰਘਾਰ ਚ ਵੀ ਸ੍ਰਿਜਨ ਕੀ ਜਰਮ ਦਿੰਦੇ ਨੇ इस कर शिव अविनाशी न शिव अव्यक्त न, ते शिव अनादि न इस करिए शिव की अनादि योगी आख्या गया है। इस कर है शिव साड़ी आस्था असें समय थमा परे साड़े अस्तित्व दा एहसास है। समेधी का एहसास करवा समुनौतियों ਲੜਨੇ ਦੀ ਤਾਕਤ ਦਿੰਦੀ ਹੈ ਤੇ ਸੋਮਨਾਥ ਦਾ ਇਹ ਮੰਦਿਰ ਸਾਡੇ ਇਸ ਆਤਮ ਵਿਸ਼ਵਾਸ ਦਾ ਇੱਕ ਪ੍ਰੇਰਨਾ ਸਥਲ ਹੈ ਸਾਥੀਓ ਅੱਜ ਦੁਨੀਆ 'ਚ ਕੋਈ ਵੀ ਵਿਅਕਤੀ ਇਸ ਪਵਿੱਜ ਸੰਗਠਨਾ ਗੀਤ ਦਿਖਦਾ ਹੈ ਤਾਂ ਉਸੇ ਛੜਾ ਇੱਕ ਮੰਦਿਰ ਗੇ ਨਈ ਨਜ਼ਰੀ ਆਉਂਦਾ ਉਸੇ ਇਕ ਐਸਾ ਅਸਤਿਤਵ ਨਜ਼ਰੀਆ ਹੁੰਦਾ ਜਿਹੜਾ ਸੈਂਕੜੇ ਅਜ਼ਾਰਾਂ ਬਰੇ ਥਮਾ ਪ੍ਰੇਰਣਾ ਦਿੰਦਾ ਰਿਹਾ ਹੈ ਜਿਹੜਾ ਮਨੁੱਖੇ ਦੀ ਮੁੱਲੇ ਦੀ ਕੋਸ਼ਨਾ ਕਰਾ ਕਰਤਾ ਹੈ ਇਕ ਐਸਾ ਸਥਲ ਜਿਸੀ ਅਜ਼ਾਰਾਂ ਬਰੇ ਪਹਿਲੇ ਸਾਡੇ ઋਸ਼ੀਏ ਪ੍ਰਭਾਸ ਖੇਤਰ ਯਾਨੀ ਲੋਦਾ ज्ञान ਦਾ ਖੇਤਰ ਦੱਸਿਆ ਹ ਤੇ ਜਿਹੜਾ ਅੱਜ ਵੀ ਪੂਰੀ ਦੁਨੀਆ ਦੇ ਸਾਹਮਣੇ ਇਹ ਆਹਵਾਨ ਕਰਿਆ ਕਰਦਾ ਹੈ ਜੇ ਸਚਾਈ ਕੀ ਝੂਠ ਕੰਨੇ ਅਰਾਇਆ ਨਹੀਂ ਜਾ ਸਕਦਾ ਆਸਥਾ ਕੀ ਆਤੰਕ ਕੰਨੇ ਮਿੰਦਿਆ ਨਹੀਂ ਜਾ ਸਕਦਾ ਇਸ ਮੰਦਰਾ ਕੀ ਸੈਂਕੜੇ ਬਰੇਂ ਦੇ ਇਤਿਹਾਸ ਚ ਕਿੰਨੀ ਗੈਬਾਰੀ ਤਰੋੜਿਆ ਗਿਆ ਇੱਥੇ ਦੀ ਮੂਰਤੀਆਂ ਕੀ ਖੰਡਿਤ ਕੀਤਾ ਗਿਆ ਇਹਦਾ ਅਸਤਿਤਵ ਮਟਾਣੇ ਦੀ ਹਰ ਕੋਸ਼ਿਸ਼ ਕੀਤੀ ਗਈ ਪਰ ਇਸੀ ਜਿੰਨੀ ਵੀ ਬਾਰੀ ਟਾਇਆ ਗਿਆ ਉਹ ਉੰਨੀ ਗੈ ਬਾਰੀ ਉੱਠੀ ਖੜੋਤਾ ਇਸ ਕਰੀਏ ਭਗਵਾਨ ਸੋਮਨਾਥ ਮੰਦਰ ਅੱਜ ਭਾਰਤ ਗੈ ਨਹੀਂ ਪੂਰੀ ਦੁਨੀਆ ਅਸਤੇ ਇੱਕ ਵਿਸ਼ਵਾਸ ਹੈ ਤੇ ਇੱਕ ਆਸ਼ਵਾਸਨ ਵੀ ਹੈ ਜਿਹੜਾ ਤੋੜਨੇ ਵਾਲੀ ਸ਼ਕਤੀਆਂ ਨੇ ਜਿਹੜੇ ਆਤੰਕ ਤੇ ਦੰਮ ਉੱਪਰ ਅਕੂਮਤ ਖੜੀ ਕਰਨੇ ਵਾਲੀ ਸੋਚ ਹੈ ਉਹ ਕੁਸੇ ਕਲਖੰਡ ਚ ਕਿਸ਼ ਸਮੇਂ ਆਸਤੇ ਪਾਵੇਂ ਆਵੀ ਹੋਈ ਜਾਨ ਪਰ ਹੁੰਦਾ ਅਸਤਿਤਵ ਕਦੀ ਸਥਾਈ ਨਹੀਂ ਹੁੰਦਾ ਉਹ ਮਤੇ ਦਿਨੇ ਤਕਰ ਮਨੁੱਖਤਾ ਕੀ ਦਬਾਈਏ ਨਹੀਂ ਰੱਖੀ ਸਕਦੀ ਇਹ ਗੱਲ ਜਿੰਨੀ ਤਦੋਂ ਸਹੀ ਹੀ ਜਿਸਲੇ ਕਿਛ ਅਤਿਆਚਾਰੀ ਸੋਮਨਾਥ ਕੀ ਟਾ ਕਰਦੇ ਹੈ ਉੰਨੀ ਗੈਸਈ ਅੱਜ ਵੀ ਹੈ ਜਿਸਲੇ ਦੁਨੀਆ ਐਸੀ ਵਿਚਾਰਤਾ ਰਹੀਂ ਥਮਾ ਸ਼ੰਕਾ ਚ ਹੈ ਸਾਥੀਓ ਅਸ ਸੱਭਿਆ ਜਾਣਨੀਆ ਸੂਮਨਾਥ ਮੰਦਿਰ ਦੀ ਪੁਨਰ ਨਿਰਮਾਣ ਥਮਾ ਲਈਏ ਪਵਯ ਵਿਕਾਸ ਦੀ ਇਹ ਯਾਤਰਾ ਛੜੀ ਕਿਸ਼ ਭਰੇ ਜਾਂ ਕਿਸ਼ ਦਾ ਕਹਿੰਦਾ ਨਤੀਜਾ ਨਹੀਂ ਹੈ ਇਹ ਸਦੀਆਂ ਦੀ ਪੱਕੀ ਇੱਛਾ ਸ਼ਕਤੀ ਤੇ ਵਿਚਾਰਿਕ ਨਿਰੰਤਰਤਾ ਦਾ ਨਤੀਜਾ ਹੈ ਡਾਕਟਰ ਰਜਿੰਦਰ ਪ੍ਰਸਾਦ ਜੀ ਸਰਦਾਰ ਵੱਲਭਭਾਈ ਪਟੇਲ ਤੇ ਕੇਐਮ ਮੁੰਚੀ ਜਿਨੇ ਮਹਾਨੁਭਾਵੇਂ ਇਸ ਅਭਿਆਨ ਆਸਤੇ ਆਜ਼ਾਦੀ ਦੇ ਬਾਦ ਵੀ ਕਠਿਨਾਈਆਂ ਦਾ ਸਾਹਮਣਾ ਕੀਤਾ ਪਰ ਆਖਰਕਾਰ 1950 ਚ ਸੋਮਨਾਥ ਮੰਦਰ ਆਧੁਨਿਕ ਭਾਰਤ ਦੇ ਦਿਵਯ ਧੰਮ ਦੇ ਰੂਪ ਚ ਸਥਾਪਿਤ ਹੋਇਆ ਮੁਸ਼ਕਿਲਾਂ ਦੇ ਪਿਆਰ ਕੰਨੇ ਅਲ ਦੀ ਪ੍ਰਤੀਬੱਧਤਾ ਦੇ ਕੰਨੇ ਅੱਜ ਮੁਲਖ ਔਰ ਅੱਗੇ ਵਧਿਆ ਕਰਦਾ ਹੈ ਅੱਜ ਰਾਮ ਮੰਦਰ ਦੇ ਰੂਪੇ ਚ ਨਮੇ ਪਾਰ ਦੇ ਗੌਰਵ ਦਾ ਇੱਕ ਪ੍ਰਕਾਸ਼ਿਤ ਥੰਮ ਵੀ ਖੜਾ ਹੋਆ ਕਰਦਾ ਹੈ ਸਾਥੀਓ ਸਾਡੀ ਸੋਚੋਂ ਨਹੀਂ ਲੋਟਦੀ ਇਤਿਹਾਸ ਥਮਾ ਸਿੱਖੀਏ ਮੌਜੂਦਾ ਵਕਤ ਦੀ ਸੁਧਾਰਨੇ ਦੀ ਇੱਕ ਨਵਾਂ ਪਵਿੱਖ ਬਣਾਣੇ ਦੀ ਇਸ ਕਰੀਏ ਜਿਸ ਲਈ ਮੈਂ ਭਾਰਤ ਜੋੜੋ ਅੰਦੋਲਨ ਦੀ ਗੱਲ ਕਰਨਾ ਤਾਂ ਉਹਦੀ ਭਾਵਨਾ ਛੜੀ ਭੌਗੋਲਿਕ ਜਾਂ ਵਿਚਾਰਿਕ ਜੁੜਾ ਤਗਰ ਗੈ ਸੀਮਿਤ ਨਹੀਂ ਹੈ ਇਹ ਪਵਿੱਖ ਦੇ ਭਾਰਤ ਦੇ ਨਿਰਮਾਣ ਅਸਤੇ ਅਸੀਂ ਕੀ ਸਾੜੇ ਅਤੀਤ ਕੰਨੇ ਜੋੜਨੇ ਦਾ ਵੀ ਤਿਆਰ ਹੈ ਇਸ ਸੇ ਆਤਮ ਵਿਸ਼ਵਾਸ ਪਰ ਅਸੀਂ ਅਤੀਤ ਦੇ ਖੰਡਰੇ ਪਰ ਆਧੁਨਿਕ ਗੌਰਵ ਦਾ ਨਿਰਮਾਣ ਕੀਤਾ ਹੈ ਅਤੀਤ ਦੀ ਪ੍ਰੇਰਣਾਏਂਗੀ ਸੰਜੋਇਆ ਹੈ ਜਿਸਲੇ ਰਜਿੰਦਰ ਪ੍ਰਸਾਦ ਜੀ ਸੋਮਨਾ ਥਾਏ ਹੀ ਤਾਂ ਉਹਨੇ ਜੋ ਆਖਿਆ ਉਹ ਸੇ ਮੇਸ਼ਾ ਚੇਤਾ ਰੱਖਣਾ ਹੈ ਉਨੇ ਆਖਿਆ ਹ ਸਦੀਆਂ ਪਹਿਲੇ ਭਾਰਤ ਸੋਨੇ ਤੇ ਚਾਂਦੀ ਦਾ ਪੰਡਾਰ ਹੁੰਦਾ ਕਰਦਾ ਹਾ ਹੁੰਦਾ ਹਾ ਦੁਨੀਆ ਦੇ ਸੋਨੇ ਦਾ ਵੱਡਾ ਹਿੱਸਾ ਤਦੂ ਭਾਰਤ ਦੇ ਮੰਦਰਾਂ ਚ ਗਏ ਹੁੰਦਾ ਹਾ ਮੇਰੀ ਨਜ਼ਰੀ ਚ ਸੋਮਨਾਥ ਦਾ ਪੁਨਰਨਿਰਮਾਣ ਉਸ ਦਿਨ ਪੂਰਾ ਹੋ ਗ ਜਿਸਲੇ ਇਹਦੀ ਨੀ ਪਰ ਬੱਡੇ ਮੰਤਰਾ ਦੇ ਕੰਨੇ ਗਏ ਸਮ੍ਰਿੱਧ ਤੇ ਸੰਪੰਨ 파ਰਦ ਦਾ ਪਵਯ ਪਵਨ ਵੀ ਤਿਆਰ ਹੋਈ ਚੁਕੇ ਦਾ ਹੋਗ ਸਮ੍ਰਿੱਧ 파ਰਦ ਦਾ ਉਹ ਪਵਨ ਜਿਹਦਾ ਪ੍ਰਤੀਕ ਸੋਮਨਾਥ ਮੰਦਰੋਗ ਸਾਡੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਜੀ ਹੁੰਦਾ ਇਹ ਸੁਖਨਾ ਸਾਡੇ ਸਭ ਨੇ ਹਸਤੇ बड़ी बड़ी प्रेरणा है साथियों, साढ़े स आस इतिहास आस्था दा, मूल है सबका साथ सबका विकास सबका विश्वास और ते सबका प्रयास से इथे जारह ज्योतिर्लिंग दी स्थापना कीती गई है उनकी शुरुआत सौराष्ट्रे सोमनाथम सौराष्ट्रे सोमनाथन सोमनाथ है हो च सोमनाथ ते नागेश्वर च बैद्यनाथ तकर उत्तर बाबा केदारनाथ ले दखन च भारत के खीरी कोने पर विराजमान रामेश्वर तगर ਇਹ 12 ਚਤੁਰਲਿੰਗ ਪੂਰੇ ਭਾਰਤ ਦੀ ਆ ਪੂੰਚੇ ਪਰੋਨੇ ਦਾ ਕੰਮ ਕਰਦੇ ਨੇ ਇਸੇ ਚਾਲੀ ਸਾਢੇ ਚਾਰੇ ਤਾਂ ਮਹਿੰਦੀ ਬਵਸਥਾ ਸਾਢੇ ਸ਼ਕਤੀ ਪੀਠੇ ਦੀ ਸੰਕਲਪਨਾ ਸਾਢੇ ਅਲੱਗ-ਲੱਗ ਕੋਨੇ ਥਮਾ ਅਲੱਗ-ਲੱਗ ਤੀਰਥੇ ਦੀ ਸਥਾਪਨਾ ਸਾਡੀ ਆਸਥਾ ਦੀ ਇਹ ਰੂਪਰੇਖਾ ਅਸਲ ਚ ਇੱਕ ਭਾਰਤ श्रेष्ठ भारत की भावना की अभिव्यक्ति है दुनिया की सदियों हैरानगी हो रही जे इन्नी इन बनसबनताए कर भरोचे भारत एक कियां है अस कियां पर जिसले जा पूरे किलोमीटर है पूरब थमा पछ्छम ਸੋਮਨਾਥ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਦਿਖਦੇ ਹੋ ਜਾਂ ਦੱਖਣ ਭਾਰਤ ਦੇ ਹਜ਼ਾਰੋਂ ਹਜ਼ਾਰ ਭਗਤਾਂ ਦੀ ਕਾਸ਼ੀ ਦੀ ਮਿੱਟੀ ਦੀ ਮੱਥੇ ਪਰ ਲਾਂਦੇ ਦਿਖਦੇ ਹੋ ਤਾਂ ਤੁਸੀਂ ਕੀ ਇਹ ਅਹਿਸਾਸ ਹੋਈ ਜਾਂਦਾ ਹੈ ਕਿ ਭਾਰਤ ਦੀ ਤਾਕਤ ਕੀ ਹੈ ਅਸੀਂ ਇੱਕ ਦੂਏ ਦੀ ਭਾਸ਼ਾ ਨਹੀਂ ਸਮਝਾ ਕਰਦੇ ਵੇਸ਼ਪੂਸ਼ਾ ਵੀ ਬਖਰੀ ਖਾਨਪਾਨ ਦੀ ਆਦਤਾਂ ਵੀ ਬਖਰੀਆਂ ਪਰ ਅਸੰਗੀ ਅਹਿਸਾਸ ਹੁੰਦਾ ਹੈ ਅਸਿਕਾਂ ਸਾਡੀ ਇਸ ਆਧਿਆਤਮਿਕਤਾ ਨੇ ਸਦੀਆਂ ਥਮਾ 파ਰਦਗੀ ਇਕਤਾ ਦੇ ਸੂਤਰ ਚ ਪਰੋਨੇ ਚ ਆਪਸੀ ਸੰਵਾਦ ਸਥਾਪਿਤ ਕਰਨੇ ਚ ਅਹਿਮ ਭੂਮਿਕਾ ਨਿਭਾਈ ਹੈ ਤੇ ਸਾਡੀ ਸਭ ਨੇ ਦੀ ਜ਼ਿੰਮੇਵਾਰੀ ਹੈ ਇਸੀ ਲਗਾਤਾਰ ਮਜ਼ਬੂਤ ਕਰਦੇ ਰਹਿਉਣਾ साथियों आज पूरी दुनिया भारत योग दर्शन आध्यात्म संस्कृति वाली बखी आकर्षित हो साड़ी नमी पीढ़ी च भी अपनी जड़ें जुड़ने दी नमी जागरूकता आई है इस है। साड़े सैलसफा ਤੇ ਆਧਿਆਤਮਿਕ ਸੈਲਸਫਾ ਦੇ ਖੇਤਰ ਚ ਅੱਜ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਭਾਵਨਾਨ ਇਹਨਾਂ ਸੰਭਾਵਨਾਇਂ ਕੀ ਆਕਾਰ ਦੇਣੇ ਆਸਤੇ ਦੇਸ਼ਅ ਅਧੁਨਿਕ ਟਾਂਚਾ ਬਣਾ ਕਰਤਾ ਹੈ ਪ੍ਰਾਚੀਨ ਗੌਰਵ ਕੀ ਪਰਤੀਏ ਜਿੰਦਾ ਕਰਾ ਕਰਤਾ ਹੈ ਰਾਮਾਇਣ ਸਰਕਟ ਦੀ ਮਿਸਾਲ ਸਾਡੇ ਸਾਹਮਣੇ ਹੈ ਅੱਜ ਦੇਸ਼ ਦੁਨੀਆ ਦੇ ਕਿੰਨੇ ਘਰ ਰਾਮਪਕ ਤेंगी ਰਾਮਾਇਣ ਸਰਕਟ ਦੇ ਰਾਹੀਂ ਭਗਵਾਨ ਰਾਮ ਦੇ ਜੀਵਨ ਕਰਨੇ ਜੁੜੇ ਦੇ ਨਮੇ ਨਮੇ ਸਥਾਨੇ ਦੀ ਜਾਣਕਾਰੀ ਮਿਲਾ ਕਰਦੀ ਹੈ ਭਗਵਾਨ ਰਾਮ ਕਿੰਆ ਪੂਰੇ ਭਾਰਤ ਦੇ ਰਾਮਨ ਇਹਨੇ ਸਥਾਨੇ ਪਰਚਾਈਏ ਅਸੰਗੀ ਅੱਜ ਇਹ ਅਨੁਭਵ ਕਰਨੇ ਦਾ ਮੌਕਾ ਮਿਲਾ ਕਰਦਾ ਹੈ ਇਸ ਸੇ ਚਲੀ ਬੁੱਧ ਸਰਕਟ पूरी दुनिया दे बौद्ध अनुयायियों की पारच आउने दी पर्यटन करने दी सुविधा दिया करता है आज इस दिशा च काम की तेजीया कने आगे बढ़ाया जा करता है इयां गै साडा पर्यटन मंत्रालय स्वदेश दर्शन स्कीम दे तहत पंद्रह बक बक थीम पर टूरिस्ट सर्किटस की विकसित करा करता है इने करने दे कई उपेक्षित इलाकें च भी पर्यटन दे विकास दे मौके मौक पैदा साडे स पूर्वजें दूरदृष्टि इन्नी ही जे उन्हें दूर दरेडे इलाकें गी भी साड़ी आस्था करने जोड़ने का काम कीता उन्हें अपनेपन दा एहसास करवाया ਮੰਦੀਪਾ ਗਏ ਕੰਨ ਜਿਸਲੇ ਅਸ ਸਖਸ਼ਮ ਹੋਏ ਜਿਸਲੇ ਸਾਡੇ ਕੋਲ ਆਧੁਨਿਕ ਤਕਨੀਕ ਤੇ ਸੰਸਾਧਨ ਆਏ ਤਾਂ ਅਸੀਂ ਇਹਨੇ ਇਲਾਕੇ ਕੀ ਦੁਰਗਮ ਸਮਝੀਏ ਉਸੇ ਛੋੜੀ ਦਿੱਤਾ ਸਾਡੇ ਪਾੜੀ ਇਲਾਕੇ ਇਦੀ ਬੜੀ ਵੱਡੀ ਮਿਸਾਲ ਨਾ ਪਰ ਅੱਜ ਦੇਸ਼ ਇਨੇ ਪਵਿੱਤਰ ਵੈਸ਼ਨੂ ਦੇਵੀ ਮੰਦਰਾ ਦੇ ਆਲੇ-ਦੁਆਲੇ ਵਿਕਾਸ ਹੋਇਆ। ਯਾ ਪੂਰਵ ਉੱਤਰ ਤੱਕਰ ਪੁਜਾ ਕਰਤਾ ਹਾਈ ਟੈਕ ਇਨਫਰਾਸਟ੍ਰਕਚਰ ਹੋਇਆ। ਅੱਜ ਦੇਸ਼ਾ 'ਚ ਆਪਣੇ ਥਮਾ ਦੂਰੀਆਂ ਘਾਟੋਆ ਕਰਤੀਆਂ। ਇਸੇ ਚਾਲੀ 2014 'ਚ ਦੇਸ਼ ਨੇ ਇਸੇ ਚਾਲੀ ਇਸੇ ਚਾਲੀ 2014 'ਚ ਦੇਸ਼ ਨੇ इस चाली तीर्थ स्थाने के विकास ले। प्रसाद स्कीम की भी घोषणा कीती ही। इस योजना के दे तहत देश करीब करीब चाली बड़े तीर्थ स्थाने की विकसित किया करता है जिंद पंद्रह प्रोजेक्टें काम पूरा भी कर है, गुजरात भी 100 ਕਰੋੜ ਤੋਂ ਮਾ ਜ਼ਿਆਦਾ ਦੇ ਤਰੇ ਪ੍ਰੋਜੈਕਟਾਂ 'ਤੇ ਪ੍ਰਸਾਦ ਯੋਜਨਾ ਦੇ ਤਹਿਤ ਕੰਮ ਚਲਾ ਕਰਦਾ ਹੈ। ਗੁਜਰਾਤ 'ਚ ਸੋਮਨਾਥ ਤੇ ਦੂਏ ਟੂਰਿਸਟ ਥਾਰਾਂ ਤੇ ਸ਼ਹਿਰਾਂ 'ਦੀ ਵੀ ਆਪੂ ਚ ਜੋੜਨੇ ਵਾਸਤੇ ਕਨੈਕਟੀਵਿਟੀ 'ਤੇ ਚੇਤਾ ਧਿਆਨ ਦਿੱਤਾ ਜਾ ਕਰਦਾ ਹੈ। ਕੋਸ਼ਿਸ਼ ਇਹ ਹੈ ਜ ਜਿਸਲੇ ਸੈਲਾਨੀ एक थार दर्शन कर दुए सैलानी थरें तगर भी जान, जान। इस चाली मुल्ख भर उन्नी आइकॉनिक टूरिस्ट डेस्टिनेशन की करी कर अज उन्हें विकसित जा करता है ये प्रोजेक्ट साड़ी सैलसफा इंडस्ट्री की आने वाले समय एक नमी ऊर्जा देंगन साथियों ਸਲਸਫਾ ਦੇ ਰਾਹੀਂ ਆਜ ਮੁਲਖ ਆਮ ਮਨੁੱਖਾ ਕੀ ਨਾ ਚੜਾ ਜੋੜਾ ਕਰਤਾ ਸਗੁਆ ਆਪੋ ਵੀ ਅੱਗੇ ਵਧਾ ਕਰਤਾ ਹੈ ਇਸੇ ਦਾ ਨਤੀਜਾ ਹੈ ਜੇ 2013 ਚ ਦੇਸ਼ ਟਰੈਵਲ ਐਂਡ ਟੂਰਿਜ਼ਮ ਕੰਪੀਟੀਟਿਵਨੈਸ ਇੰਡੈਕਸ ਚ ਜਿੱਥੇ 65ਵੀਂ ਥਾਰੇ ਪਰਖਾ 65ਥ ਉੱਥੇ 2019 हज़ार उन्नीस चौतीवीं थार पर आई गया थर्टी फोर्थ अंतर्राष्ट्रीय पर्यटन की बढ़ावा देने आस्ते देशा ने इन्हें सत्तें बरें च कई नीतिगत फैसले भी लेते न जिंदा ला देशा की आज हुआ करता है देशा ने ई वीज़ा व्यवस्था वीज़ा ऑन अराइवल ਜਿਨਹੀਂ ਬਵਸਥਾਏਂ ਕੀ ਅੱਗੇ ਬਤਾਇਆ ਹੈ ਤੇ ਵੀਜ਼ਾ ਦੇ ਸ਼ੁਲਕ ਕੀ ਵੀ ਕਟ ਕੀਤਾ ਹੈ ਇਸ ਸੇ ਚਾਲੀ ਸੈਲਸਫਾ ਸੈਕਟਰ ਚ ਹੋਸਪਿਟੈਲਿਟੀ ਵਾਸਤੇ ਲੱਗਨੇ ਵਾਲੇ ਜੀਐਸਟੀ ਕੀ ਵੀ ਘਟਾਇਆ ਗਿਆ ਇਹਦੇ ਕੰਨੇ ਸੈਲਸਫਾ ਸੈਕਟਰ ਕੀ ਬੜਾ ਲਾਅਗ ਤੇ ਕੋਵਿਡ ਦੇ ਅਸਰ ਥਮਾ ਉੱਬਰਨੇ ਚ ਵੀ ਮਦਦ ਮਿਲੂਗ ਕਈ ਫੈਸਲੇ ਸੈਲਾਨੀਏ ਦੇ ਇਤਿ ਗੀਤਿਆ ਨਚ ਰੱਖੀਏ ਵੀ ਕੀਤੇ ਗੇ ਨਾ ਜਿਹਾਂ ਜੇ ਕਈ ਸੈਲਾਨੀ ਜਿਸਲੇ ਆਉਂਦੇ ਨਾ ਤਾਉਂ ਦਾ ਉਤਸ਼ਾਹ ਰੋਮਾਂਚ 기 ਲਈਏ ਵੀ ਹੁੰਦਾ ਹੈ ਇਸ ਇਤਿਅਨ ਨਚ ਰੱਖਦੀ ਹੋਈ ਦੇਸਨ 120 ਪਾੜੀ ਚੋਟੀਆਂ ਕੀ ਟਰੈਕਿੰਗ ਹਸਤੇ ਖੋਲਿਆ ਹੈ ਸੈਲਾਨੀਏ ਕੀ ਨਮੀ ਥਾਰੇ ਪਰ ਅਸੁਵਿਧਾ ਨਹੀਂ ਹੋਇ ਨਮੀ ਥਾਰੇ ਦੀ ਪੂਰੀ ਜਾਣਕਾਰੀ ਮਿਲੈ ਇਹਦੇ ਵਾਸਤੇ ਵੀ ਪ੍ਰੋਗਰਾਮ ਚਲਾਈਏ ਗਾਈਡਸ ਕੀ ਸਿਖਲਾਈ ਦਿੱਤੀ ਜਾ ਕਰਤੀ ਹੈ ਇਹਦੇ ਕੰਨੇ ਮਤੀ ਸੰਖਿਆ ਚ ਰੋਜ਼ਗਾਰ ਦੇ ਮੌਕੇ ਵੀ ਬਣਾ ਕਰਦੇ ਨੇ ਸਾਥੀਓ ਸਾਢੇ ਦਸਿਆ ਦੀ ਪਰੰਪਰਾ ਅਸੰਗੀ ਕਰਠਨ ਸਮੇਚਾ ਨਿਕਲੀ ਕੇ तकलीफ की पुल ली है, भुलिए बदने दी प्रेरणा दें दिखिया भी है कोरोना के इस समय पर्यटन मेद की किरण है इस करिए पर्यटन के स्वभाव संस्कृति की लगातार विस्तार देना है अगें बना है ते आपूं भी आपना है ਕਰ ਕੰਨੇ ਗਏ ਅਸੀਂ ਇੱਬੀ ਧਿਆਨ ਰੱਖਣਾ ਹੈ ਜੇ ਆਸ ਜ਼ਰੂਰੀ ਸਾਵਧਾਨੀਆਂ ਜ਼ਰੂਰੀ ਬਚਾ ਦਾ ਪੂਰਾ ਖਿਆਲ ਰੱਖ ਚਾ ਹੈ ਮੇਗੇ ਵਿਸ਼ਵਾਸ ਹੈ ਇਸ ਸੇ ਪਾਵਨਾ ਦੇ ਕੰਨੇ ਦੇਸ਼ ਅੱਗੇ ਵੱਧਦਾ ਰਹੋਗ ਤੇ ਸਾਡੀ ਪਰੰਪਰਾ ਸਾਡਾ ਗੌਰਵ ਆਧੁਨਿਕ ਪਰ ਦੇ ਨਿਰਮਾਣ ਚ ਅਸੇਂ ਕੀ ਦਿਸ਼ਾ ਦਿਂਦਾ ਰਹੋਗ ਭਗਵਾਨ ਸੂਮ ਨਾ ਤੁੰਦਾ ਸਾਡੇ ਪਰਸ਼ੀਰਵਾਦ ਬਣੇਦਾ ਰਹਾ ਹੈ ਗਰੀਬ ਥਮਾ ਗਰੀਬ ਦਾ ਕਲਿਆਣ ਕਰਨੇ ਆਸਤੇ ਅਸੰਗੀਨ ਨਮੀ ਨਮੀ ਸਮਰਥ ਨਮੀ ਨਮੀ ਊਰਜਾ ਅਸਲੂੰ ਦੀ ਰੋਇ ਤਾਂ ਜੇ ਸਭਨੇ ਦੇ ਕਲਿਆਣ ਦੇ ਬੱਤੇ ਗੀ ਅਸ ਸਮਰਪਿਤ ਭਾਵਨਾ ਕਰਨੇ ਸੇਵਾ ਕਰਨੇ ਦੇ ਰਾਏ ਆਮ ਮਨੁੱਖ ਦੇ ਜੀਵਨ 'ਚ ਬਦਲਾਵ ਆ ਨਹੀਂ ਸਕਦਾ ਇਹਨੇ ਸ਼ੁਭਕਾਮਨਾਈ ਦੇ ਕੰਨੇ ਤੁੰ ਦਾ ਸਬਨੇ ਦਾ ਮਤਾ ਮਤਾ ਤਨਵਾਦ ਜੈ ਸੋਮਨਾਥ